ਨਾਨਕ ਸਿੰਘ ਦੀ ਕਹਾਣੀ ਇਨਾਮੀ ਕਹਾਣੀ। ਬੰਬੇ ਮੇਲ 80 ਮੀਲ ਘੰਟੇ ਦੀ ਰਫ਼ਤਾਰ ਨਾਲ ਉੱਡੀ ਜਾ ਰਹੀ ਸੀ। ਇਸ ਨਾਲੋਂ ਵੀ ਕਿਤੇ ਬਹੁਤ ਤੇਜ਼ੀ ਨਾਲ, ਸ਼ਾਇਦ 100 ਜਾਂ 150 ਮੀਲ ਦੀ ਰਫ਼ਤਾਰ ਨਾਲ ਇਸ ਵੇਲੇ ਪ੍ਰਮੋਦ ਜੀ ਦੇ ਖਿਆਲਾਂ ਦੀ ਗੱਡੀ ਚੱਲ ਰਹੀ ਸੀ। ਉਹ ਫਸਟ ਕਲਾਸ 'ਚ ਸਫ਼ਰ ਕਰ ਰਹੇ ਸਨ। ਸਾਡੇ ਦੇਸ਼ ਦੇ ਕਿਸੇ ਸਾਹਿਤਕਾਰ ਦਾ ਐਡੇ ਉੱਚੇ ਦਰਜੇ 'ਚ ਸਫ਼ਰ ਕਰਨਾ ਭਾਵੇਂ ਨਾ ਮੰਨਣ ਦੇ ਬਰਾਬਰ ਹੈ, ਪਰ ਨਾ ਮੰਨੇ ਜਾਣ ਵਾਲੀਆਂ ਗੱਲਾਂ ਵੀ ਉੱਥੇ ਆ ਕੇ ਮੰਨਣ ਯੋਗ ਹੋ ਜਾਇਆ ਕਰਦੀਆਂ ਨੇ, ਜਿੱਥੇ ਮਨੁੱਖ ਉੱਤੇ ਲੱਛਮੀ ਦੀ ਨਜ਼ਰ ਸਵੱਲੀ ਹੋਵੇ। ਪ੍ਰਮੋਦ ਜੀ ਜਿੱਥੇ ਇੱਕ ਉੱਚੇ ਦਰਜੇ ਦੇ ਸਾਹਿਤਕਾਰ ਮੰਨੇ ਜਾਂਦੇ ਨੇ, ਉੱਥੇ ਇੱਕ ਤਕੜੇ ਕਾਰੋਬਾਰੀ ਵੀ। ਕਾਰੋਬਾਰ ਆਮ ਕਿਸਮ ਦਾ ਨਹੀਂ, ਖਾਸ ਕਿਸਮ ਦਾ ਕਰਦੇ ਨੇ। ਪ੍ਰਗਟ ਤੌਰ 'ਤੇ ਉਹਨਾਂ ਨੇ ਭਾਵੇਂ ਕੋਈ ਪੇਸ਼ਾਵਰਾਨਾ ਝੰਝਟ ਨਹੀਂ ਸਿਹੜਿਆ ਹੋਇਆ, ਪਰ ਕੁਝ ਇੱਕ ਸਮਝਦਾਰ ਅਤੇ ਵਪਾਰੀ ਦਿਮਾਗ ਵਾਲੇ ਦੋਸਤਾਂ ਦੇ ਸਹਿਯੋਗ ਨਾਲ ਉਹਨਾਂ ਦਾ ਕਾਰੋਬਾਰ ਵਾਹਵਾ ਚੜ੍ਹਦੀਆਂ ਕਲਾਂ 'ਚ ਹੈ। ਪਾਰਟੀਸ਼ਨ ਤੋਂ ਬਾਅਦ ਜਿੱਥੇ ਅਣਗਿਣਤ ਲੋਕਾਂ ਲਈ ਰੋਜ਼ੀ ਦਾ ਸਵਾਲ ਇੱਕ ਭਾਰੀ ਸੰਕਟ ਬਣ ਗਿਆ, ਉੱਥੇ ਇਹੋ ਪਾਰਟੀਸ਼ਨ ਦੀ ਕਿਰਪਾ ਨਾਲ ਪ੍ਰਮੋਦ ਜੀ ਦੇ ਘਰ 'ਚ ਲਹਿਰ ਬਹਿਰ ਹੋ ਗਈ। ਪਾਕਿਸਤਾਨ ਅਤੇ ਭਾਰਤ ਦੀ ਸਰਹੱਦ ਉੱਤੇ ਗੁਪਤ ਤੌਰ 'ਤੇ ਜਿਹੜਾ ਵਪਾਰ ਹੁੰਦਾ, ਉਹਦੀ ਕਿਰਪਾ ਨਾਲ ਇਹਨਾਂ ਨੇ ਵੀ ਚੰਗੇ ਹੱਥ ਰੰਗ ਲਏ ਨੇ। ਸੱਚ ਪੁੱਛੋ ਤਾਂ ਇਹ ਸਭ ਉਹਨਾਂ ਦੀ ਸਾਹਿਤਕਾਰਤਾ ਦੀ ਹੀ ਕਿਰਪਾ ਹੈ। ਹਰ ਮਹਿਕਮੇ ਦੇ ਲੋਕਾਂ ਨਾਲ ਉਹਨਾਂ ਦਾ ਮੇਲ ਮਿਲਾਪ ਹੈ, ਜਿਸ ਕਰਕੇ ਸਮਗਲਿੰਗ ਦੇ ਪੇਸ਼ੇ ਵਿੱਚ ਉਹਨਾਂ ਨੂੰ ਐਸਾ ਕੋਈ ਖਤਰਾ ਨਹੀਂ ਪੈਦਾ ਹੁੰਦਾ। ਇਨ੍ਹੀਂ ਦਿਨੀਂ ਪਾਕਿਸਤਾਨ 'ਚ ਕਰੰਸੀ ਦੀਆਂ ਕੀਮਤਾਂ ਵਧੇਰੇ ਡਿੱਗੀਆਂ ਹੋਣ ਕਰਕੇ ਸੋਨੇ ਚਾਂਦੀ ਦਾ ਬਿਜ਼ਨਸ ਕਈਆਂ ਲੋਕਾਂ ਦੀ ਆਮਦਨੀ ਦਾ ਇੱਕ ਚੰਗਾ ਵਸੀਲਾ ਬਣਿਆ ਹੋਇਆ ਸੀ, ਅਤੇ ਪ੍ਰਮੋਦ ਹੋਰੀ ਵੀ ਅੱਜ ਕੱਲ੍ਹ ਇਸੇ ਕੰਮ ਵਿੱਚੋਂ ਵਾਰੇ ਨਿਆਰੇ ਕਰ ਰਹੇ ਸਨ। ਇਸ ਮਤਲਬ ਲਈ ਉਹਨਾਂ ਨੂੰ ਅਕਸਰ ਦਿੱਲੀ, ਬੰਬਈ ਆਦਿ ਸ਼ਹਿਰਾਂ ਦਾ ਸਫ਼ਰ ਕਰਨਾ ਪੈਂਦਾ। ਪਾਕਿਸਤਾਨ ਤੋਂ ਜਿਹੜਾ ਸੋਨਾ ਇੱਧਰ ਵੇਚਣ ਲਈ ਲਿਆਇਆ ਜਾਂਦਾ, ਉਹਦੀ ਵਿਕਰੀ ਲਈ ਦਿੱਲੀ, ਕਲਕੱਤਾ ਜਾਂ ਬੰਬਈ ਚੰਗੀਆਂ ਮੰਡੀਆਂ ਹਨ। ਅੰਮ੍ਰਿਤਸਰ ਵਿੱਚ ਵੀ ਪਹਿਲਾਂ ਪਹਿਲ ਇਹ ਵਪਾਰ ਕਾਫ਼ੀ ਚੱਲਦਾ ਸੀ, ਪਰ ਇਹਨੀ ਦਿਨੀ ਕਸਟਮ ਅਤੇ CID ਦਾ ਮਹਿਕਮਾ ਵਧੇਰੇ ਚੌਕਸ ਹੈ, ਜਿਸ ਕਰਕੇ ਇਹੋ ਜਿਹੇ ਮਾਲ ਦੀ ਖਪਤ ਲਈ ਸਿਆਣੇ ਵਪਾਰੀਆਂ ਨੂੰ ਅੰਬਾਲੇ ਦੀਆਂ ਹੱਦਾਂ ਲਈ ਮਜਬੂਰ ਹੋਣਾ ਪੈਂਦਾ। ਅੱਜ ਪ੍ਰਮੋਦ ਜੀ ਇੱਕ ਨਹੀਂ ਦੋ ਮਾਰਾਂ 'ਤੇ ਦਿੱਲੀ ਜਾ ਰਹੇ ਨੇ, ਇੱਕ ਤਾਂ 8-10 ਹਜ਼ਾਰ ਦਾ ਸੋਨਾ ਵੇਚਣ ਲਈ, ਅਤੇ ਦੂਜਾ ਦਿੱਲੀ 'ਚ ਹੋਣ ਵਾਲੇ ਇੱਕ ਸਾਹਿਤ ਸੰਮੇਲਨ ਨੂੰ ਸੁਸ਼ੋਭਿਤ ਕਰਨ ਲਈ। ਸਾਹਿਤ ਸੰਮੇਲਨਾਂ ਨਾਲ ਮੁੱਢ ਤੋਂ ਹੀ ਇਹਨਾਂ ਦੀ ਦਿਲਚਸਪੀ ਹੈ। ਸੱਚ ਪੁੱਛੋ ਤਾਂ ਪ੍ਰਮੋਦ ਜੀ ਦੀ ਮੌਜੂਦਗੀ ਬਿਨਾਂ ਕੋਈ ਸੰਮੇਲਨ ਸੰਮੇਲਨ ਹੀ ਨਹੀਂ ਅਖਵਾ ਸਕਦਾ। ਫਿਰ ਐਤਕਾਂ ਤਾਂ ਉੱਥੇ ਕਹਾਣੀ ਪ੍ਰਤੀਯੋਗਤਾ ਦਾ ਇੱਕ ਬੜਾ ਜ਼ਬਰਦਸਤ ਮੁਕਾਬਲਾ ਵੀ ਹੋ ਰਿਹਾ, ਜਿਹਦਾ ਪਹਿਲਾ ਇਨਾਮ 500 ਦਾ, ਦੂਜਾ 200 ਦਾ, ਤੀਜਾ 100 ਦਾ ਰੱਖਿਆ ਗਿਆ, ਅਤੇ ਪ੍ਰਮੋਦ ਜੀ ਨੂੰ ਪਹਿਲਾ ਇਨਾਮ ਜਿੱਤਣ ਦੀ 100% ਉਮੀਦ ਹੈ। ਭਾਵੇਂ ਐਡੇ ਧਨੀ ਮਾਨੀ ਆਦਮੀ ਲਈ 500-700 ਦੀ ਰਕਮ ਕੁਝ ਵੀ ਅਰਥ ਨਹੀਂ ਰੱਖਦੀ, ਜਦਕਿ ਇੱਕੋ ਫੇਰੇ 'ਚ ਹਜ਼ਾਰਾਂ ਦੇ ਵਾਰੇ ਨਿਆਰੇ ਕਰਨ ਦਾ ਗੁਰ ਉਹਨਾਂ ਪਾਸ ਮੌਜੂਦ ਹੈ। ਪਰ ਇਨਾਮ 'ਚ ਇੱਕ ਖਾਸ ਕਿਸਮ ਦਾ ਨਸ਼ਾ ਹੁੰਦਾ ਹੈ, ਤਾਂਹੀਓ ਤਾਂ ਸਿਆਣਿਆਂ ਕਿਹਾ ਕਿ ਇਨਾਮ ਦਾ ਛਿੱਤਰ ਵੀ ਮਾਣ ਨਹੀਂ ਹੁੰਦਾ। ਫਸਟ ਕਲਾਸ ਦਾ ਸਫ਼ਰ ਕਰਨਾ ਪ੍ਰਮੋਦ ਜੀ ਲਈ ਸ਼ਾਇਦ ਇਸ ਕਰਕੇ ਜ਼ਰੂਰੀ ਹੈ ਕਿ ਇਸ ਦਰਜੇ ਵਿੱਚ ਬੈਠੇ ਮੁਸਾਫਰ ਉੱਤੇ ਕਿਸੇ ਕਿਸਮ ਦਾ ਸ਼ੱਕ ਨਹੀਂ ਹੋ ਸਕਦਾ। ਇਸ ਵੇਲੇ ਜਦ ਗੱਡੀ ਘੂਕਰ ਬੰਨੀ ਸਟੇਸ਼ਨ ਉੱਤੇ ਸਟੇਸ਼ਨ ਲੰਘਦੀ ਜਾ ਰਹੀ ਸੀ, ਪ੍ਰਮੋਦ ਜੀ ਆਪਣੀ ਗੁਦਗੁਦੀ ਸੀਟ ਦਾ ਢਾਸਣਾ ਲਾਈ ਹੱਥ ਲਿਖਤੀ ਵਰਕਿਆਂ ਦਾ ਥੱਬਾ ਪੜਚੋਲ ਰਹੇ ਸਨ। ਕਹਾਣੀ ਜਿਹੜੀ ਉੱਪਰੋਂ ਥੱਲੇ 3 ਵਾਰੀ ਲਿਖ ਕੇ ਲਿਆਏ ਸੀ, ਅਜੇ ਵੀ ਮਤੇ ਉਸ 'ਚ ਕੋਈ ਤਰੁੱਟੀ ਰਹਿ ਗਈ ਹੋਵੇ, ਇਸ ਖਿਆਲ ਨਾਲ ਉਹਨੂੰ ਬੜੀ ਘੋਖ ਨਾਲ ਪੜ੍ਹਦੇ ਹੋਏ ਨਾਲੋਂ ਨਾਲ ਕੁਝ ਸੋਧ ਸੁਧਾਈ ਵੀ ਕਰੀ ਜਾ ਰਹੇ ਸੀ। ਜਿਉਂ ਜਿਉਂ ਪੜ੍ਹੀ ਜਾਂਦੇ ਉਹਨਾਂ ਦਾ ਉਤਸ਼ਾਹ ਵਧੀ ਜਾਂਦਾ। ਐਡੀ ਹਿਰਦੇ ਛੋਹੀ ਅਤੇ ਇੰਨੀ ਸਮਾਜ ਉਭਾਰ ਕਹਾਣੀ, ਜਿਹਦੀ 70-70 ਵਿੱਚੋਂ ਸ਼ਰਾਰੇ ਉੱਠ ਰਹੇ ਸਨ, ਉਹ ਖੁਸ਼ੀ 'ਚ ਝੂਮਦੇ ਹੋਏ ਸੋਚ ਰਹੇ ਸਨ ਕਿਹੜਾ ਗਲਪਕਾਰ ਮਾਂ ਨੇ ਜੰਮਿਆ ਜਿਹੜਾ ਇਹਦੇ ਜੋੜ ਦੀ ਚੀਜ਼ ਲਿਖ ਸਕੇਗਾ, ਕੀ ਇਨਾਮੀ ਮੁਕਾਬਲੇ 'ਚ ਕਿਸੇ ਹੋਰ ਦੀ ਕਹਾਣੀ ਇਹਦੇ ਸਾਹਮਣੇ ਟਿਕ ਸਕੇਗੀ, ਬਸ ਪਹਿਲਾ ਇਨਾਮ ਮੇਰਾ। ਇਸ ਵੇਲੇ ਉਹ ਕਹਾਣੀ ਨੂੰ ਨਿਰਾ ਸੋਧ ਹੀ ਨਹੀਂ ਰਹੇ,
ਉਸ ਵਿੱਚੋਂ ਇੱਕ ਅਚੰਭਤ ਕਿਸਮ ਦਾ ਸਵਾਦ ਵੀ ਮਾਣ ਰਹੇ ਸੀ ਅਤੇ ਸਵਾਦ ਵਿੱਚ ਲੋਟਪੋਟ ਹੋ ਕੇ ਉਹਨਾਂ ਨੂੰ ਸੁਧਾਈ ਕਰਨ ਦਾ ਵੀ ਚੇਤਾ ਭੁੱਲ ਚੁੱਕਾ ਸੀ। ਉਹ ਇਸ ਵੇਲੇ ਕਹਾਣੀ ਦਾ ਛੇਕੜ ਆਦਿ ਜ਼ਰਾ ਉੱਚੀ ਉੱਚੀ ਪੜ੍ਹ ਰਹੇ ਸਨ, ਉੱਚੀ ਉੱਚੀ ਇਸ ਕਰਕੇ ਕਿ ਇਸ ਡੱਬੇ 'ਚ ਹੋਰ ਕੋਈ ਸਵਾਰੀ ਨਹੀਂ ਸੀ। ਇੱਕ ਕੋਈ ਫੌਜੀ ਅਫਸਰ ਜਿਹਾ ਅੰਮ੍ਰਿਤਸਰੋਂ ਚੜ੍ਹਿਆ ਸੀ ਜਿਹੜਾ ਜਲੰਧਰ ਦੇ ਸਟੇਸ਼ਨ 'ਤੇ ਉਤਰ ਗਿਆ, ਅਤੇ ਦੂਜਾ ਸ਼ਾਇਦ ਉੱਚੀ ਪੜ੍ਹਨ ਦਾ ਕਾਰਨ ਇਹ ਵੀ ਸੀ ਕਿ ਇੰਝ ਇੱਕ ਤਰ੍ਹਾਂ ਨਾਲ ਰਿਹਰਸਲ ਹੋ ਜਾਏਗੀ, ਕਹਾਣੀ ਉਹਨਾਂ ਪੜ੍ਹ ਕੇ ਸੁਣਾਉਣੀ ਸੀ ਸੰਮੇਲਨ ਵਿੱਚ। ਪ੍ਰਮੋਦ ਜੀ ਇਸ ਵੇਲੇ ਪੂਰੀ ਅਦਾ ਅਤੇ ਜੋਸ਼ 'ਚ ਪੜ੍ਹੀ ਜਾ ਰਹੇ ਸਨ ਅਥਵਾ ਰਿਹਰਸਲ ਕਰ ਰਹੇ ਸਨ। ਅਦਾਲਤ ਦਾ ਕਮਰਾ ਦਰਸ਼ਕਾਂ ਨਾਲ ਖਚਾ ਖਚ ਭਰਿਆ ਹੋਇਆ ਸੀ। ਮੁਲਜ਼ਮ ਨੂੰ ਹਾਜ਼ਰ ਕੀਤਾ ਗਿਆ ਜਿਸ ਉੱਤੇ ਚੋਰੀ ਦਾ ਦੋਸ਼ ਸੀ। ਇੱਕ ਮਾੜੂਆ ਜਿਹਾ ਗੱਭਰੂ ਜਿਹਦੇ ਦੋਵੇਂ ਹੱਥ ਹੱਥਕੜੀਆਂ 'ਚ ਜਕੜੇ ਹੋਏ ਸਨ। ਦਰਸ਼ਕਾਂ ਦੀਆਂ ਨਜ਼ਰਾਂ ਚੋਰ ਉੱਤੇ ਇੰਝ ਗੱਡੀਆਂ ਸਨ ਜਿਵੇਂ ਕਿਸੇ ਦਿਲਚਸਪ ਨਾਟਕ ਦੇ ਹੀਰੋ ਉੱਤੇ। ਹਰ ਕੋਈ ਇੱਕ ਦੂਜੇ ਦੇ ਕੰਨ 'ਚ ਕਹਿ ਰਿਹਾ ਸੀ, ਸ਼ਕਲ ਤੋਂ ਕਿੱਡਾ ਹੀ ਸਾਊ ਜਾਪਦਾ, ਗੱਲ ਕਰ ਤੋਂ ਪੜ੍ਹਿਆ ਲਿਖਿਆ ਮਾਲੂਮ ਹੁੰਦਾ, ਪਹਿਰਾਵਾ ਵੇਖ ਕੇ ਕੋਈ ਕਹਿ ਸਕਦਾ ਕਿ ਇਹਨੇ ਇੱਕ ਸ਼ਰੀਫ ਆਦਮੀ ਦੇ ਘਰ ਨੂੰ ਸੰਨ ਲਾ ਕੇ। ਫਿਰ ਵੇਖੋ ਕਿ ਬੇਈਮਾਨ ਨੇ ਚੋਰੀ ਵੀ ਐਸੀ ਸਫਾਈ ਨਾਲ ਕੀਤੀ, ਘਰ ਵਾਲੇ ਲਾਗੇ ਸੁੱਤੇ ਰਹੇ ਅਤੇ ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋਈ। ਬਈ ਸਾਇੰਸ ਦਾ ਜ਼ਮਾਨਾ ਜੋ ਹੋਇਆ, ਚੋਰੀਆਂ ਵੀ ਅੱਜ ਕੱਲ੍ਹ ਸੈਂਟੀਫਿਕ ਤਰੀਕਿਆਂ ਨਾਲ ਹੁੰਦੀਆਂ ਨੇ। ਲੋਕ ਕਲੋਰੋਫਾਰਮ ਸੁੰਘਾ ਕੇ ਘਰ ਵਾਲਿਆਂ ਨੂੰ ਬੇਹੋਸ਼ ਕਰ ਦਿੰਦੇ ਨੇ। ਇੱਧਰ ਇਹ ਕੰਨੋ ਘਰਕੀਆਂ ਹੋ ਰਹੀਆਂ ਸਨ, ਉੱਧਰ ਇਸਤਗਾਸੇ ਦਾ ਵਕੀਲ ਚੋਰ ਉੱਤੇ ਜ਼ਿਰਾ ਕਰ ਰਿਹਾ ਸੀ। ਕੀ ਕਿਹਾ ਜੀ, ਤੇਰੀ ਤਾਲੀਮ ਬੀ ਏ ਤੱਕ ਹੈ? ਹਾਂ ਜਨਾਬ, ਬੀ ਏ ਕੀਤੀਆਂ ਮੈਨੂੰ 6 ਸਾਲ ਹੋ ਗਏ ਨੇ। ਅਤੇ ਚੋਰੀ ਕਰਦਿਆਂ ਕਿੰਨੇ ਸਾਲ? ਚੋਰੀ ਦਾ ਪੇਸ਼ਾ ਮੈਂ ਥੋੜ੍ਹੇ ਚਿਰ ਤੋਂ ਅਖਤਿਆਰ ਕੀਤਾ ਜਨਾਬ, ਅਤੇ ਬਾਕੀ ਇੰਨੇ ਸਾਲ ਕੀ ਕਰਦਾ ਰਿਹਾ? ਉਹ ਮੈਂ ਕੰਮ ਕਾਰ ਦੀ ਤਲਾਸ਼ 'ਚ ਗੁਜ਼ਾਰੇ ਨੇ। ਅਤੇ ਫਿਰ ਕੰਮ ਤੈਨੂੰ ਲੱਭਾ ਨਾ ਕੋਈ? ਲੱਭੇ ਤਾਂ ਕਈ, ਪਰ ਉਹ ਮੇਰੇ ਪਸੰਦ ਨਹੀਂ ਸੀ। ਕੀ ਮਤਲਬ? ਮਤਲਬ ਇਹ ਕਿ ਚੋਰਾਂ ਪਾਸ ਨੌਕਰੀ ਕਰਨੀ ਮੈਨੂੰ ਮਨਜ਼ੂਰ ਨਹੀਂ ਸੀ। ਮੈਂ ਚਾਹੁੰਦਾ ਸਾ ਕੋਈ ਹੱਕ ਇਮਾਨ ਦੀ ਨੌਕਰੀ ਮਿਲੇ। ਅਵਲ ਤਾਂ ਜਿੱਥੇ ਵੀ ਕੋਈ ਥਾਂ ਖਾਲੀ ਹੁੰਦੀ ਉੱਥੇ ਰਿਸ਼ਵਤ ਅਤੇ ਸਿਫਾਰਿਸ਼ ਨਾਲ ਕਾਮਯਾਬੀ ਹੋ ਸਕਦੀ ਸੀ, ਪਰ ਮੈਂ ਅਸੂਲਨ ਇਹਦੇ ਖਿਲਾਫ਼ ਸਾਂ। ਅਤੇ ਜੇ ਕਿਸੇ ਸੇਠ ਸ਼ਾਹੂਕਾਰ ਪਾਸ ਥਾਂ ਮਿਲਦੀ ਤਾਂ ਉੱਥੇ ਮੈਨੂੰ ਚੋਰਾਂ ਵਾਲਾ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ। ਚੋਰਾਂ ਵਾਲਾ ਕੰਮ? ਹਾਂ ਜਨਾਬ, ਬਲੈਕ ਕਰਨੀ, ਇਨਕਮ ਟੈਕਸ ਬਚਾਉਣ ਲਈ ਜਾਲੀ ਵਹੀਆਂ ਖਾਤੇ ਰੱਖਣੇ ਅਤੇ ਹੋਰ ਇਹੋ ਜਿਹਾ ਕਿੰਨਾ ਕੁਛ। ਪਰ ਮੈਂ ਇੱਕ ਦਿਆਨਤਦਾਰ ਬਣ ਕੇ ਜਿਉਣਾ ਚਾਹੁੰਦਾ ਸਾਂ। ਦਰਸ਼ਕਾਂ ਦਾ ਧਿਆਨ ਇਸ ਅਨੋਖੇ ਚੋਰ ਦੀਆਂ ਅਚੰਭਤ ਗੱਲਾਂ ਵੱਲ ਖਿੱਚਿਆ ਹੋਇਆ ਸੀ। ਅਦਾਲਤ ਦੇ ਕਮਰੇ 'ਚ ਸੰਨਾਟਾ ਸੀ, ਜਿਹਨੂੰ ਇਸ ਤਗਾਸੇ ਦੇ ਵਕੀਲ ਅਤੇ ਚੋਰ ਦਾ ਵਾਰਤਾਲਾਪ ਹੀ ਤੋੜ ਰਿਹਾ ਸੀ। ਵਕੀਲ ਨੇ ਫਿਰ ਸਵਾਲ ਕੀਤਾ, ਅਤੇ ਅਖੀਰ ਤੈਨੂੰ ਦਿਆਨਤਦਾਰੀ ਦਾ ਕੰਮ ਲੱਭ ਹੀ ਪਿਆ ਜਿਹੜਾ ਤੂੰ ਪਰਸੋਂ ਰਾਤੀ ਸੇਠ ਬਿਸ਼ਨ ਦਾਸ ਦੇ ਘਰ 'ਚੋਂ 10,000 ਦੀ ਰਕਮ ਤਨਖਾਹ ਵਜੋਂ ਵਸੂਲ ਕੀਤੀ? ਕਿਉਂ, ਠੀਕ ਹੈ ਨਾ? ਤੁਸੀਂ ਠੀਕ ਫਰਮਾ ਰਹੇ ਹੋ ਜਨਾਬ, ਮੇਰੇ ਲਈ ਛੋਟੇ ਇਸ ਤੋਂ ਹੋਰ ਕੋਈ ਦਿਆਨਤਦਾਰੀ ਦਾ ਕੰਮ ਨਹੀਂ ਸੀ ਰਹਿ ਗਿਆ। ਜੇ ਤੁਹਾਨੂੰ ਮੇਰੀ ਗੱਲ ਦਾ ਇਤਬਾਰ ਨਾ ਆਏ ਤਾਂ ਉਹ ਤੁਹਾਡੇ ਸਾਹਮਣੇ ਬੈਠੇ ਨੇ ਸੇਠ ਸਾਹਿਬ, ਇਹਨਾਂ ਨੂੰ ਪੁੱਛ ਕੇ ਵੇਖ ਲਓ। ਦਰਸ਼ਕਾਂ ਦਾ ਧਿਆਨ ਕੁਰਸੀ 'ਤੇ ਬੈਠੇ ਇੱਕ ਗੁੱਗੜਧਾਰੀ ਸੱਜਣ ਵੱਲ ਖਿੱਚਿਆ ਗਿਆ। ਕਿਉਂ ਸੇਠ ਸਾਹਿਬ, ਵਕੀਲ ਨੇ ਮੁਦਈ ਨੂੰ ਸੰਬੋਧਨ ਕੀਤਾ, ਇਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਗੁੱਸੇ ਨਾਲ ਬੁੱਲ ਟੁੱਕਦਿਆਂ ਸੇਠ ਨੇ ਜਵਾਬ ਦਿੱਤਾ, ਬਕਵਾਸ ਕਰਦਾ ਹਰਾਮਜ਼ਾਦਾ, ਨਾਲੇ ਚੋਰ ਨਾਲੇ ਚਤਰ। ਵਕੀਲ ਅਤੇ ਜੱਜ ਦੋਹਾਂ ਨੇ ਮੁਲਜ਼ਮ ਵੱਲ ਗੁੱਸੈਲੀਆਂ ਨਜ਼ਰਾਂ ਨਾਲ ਤੱਕਿਆ, ਪਰ ਮੁਲਜ਼ਮ ਨੇ ਉਵੇਂ ਹੀ ਨਿਰਭੈਤਾ ਨਾਲ ਸੇਠ ਨੂੰ ਕਹਿਣਾ ਸ਼ੁਰੂ ਕੀਤਾ, ਨਾਰਾਜ਼ ਨਾ ਹੋਵੋ ਸੇਠ ਸਾਹਿਬ, ਮੈਂ ਮੁਆਦਬਾਨਾ ਅਰਜ਼ ਕਰਦਾ ਕਿ ਦੱਸੋ, ਪਿਛਲੇ ਮਹੀਨੇ ਮੈਂ ਲਗਾਤਾਰ ਕਈ ਦਿਨ ਤੁਹਾਡੇ ਦਰੇ ਦੌਲਤ 'ਤੇ ਹਾਜ਼ਰ ਨਹੀਂ ਸੀ ਹੁੰਦਾ ਰਿਹਾ ਕਿ ਮੇਰੀ ਬੀਵੀ ਬੱਚੇ ਮਰ ਰਹੇ ਨੇ, ਰੱਬ ਦੇ ਵਾਸਤੇ ਮੈਨੂੰ ਕਲਰਕੀ ਦਾ ਕੰਮ ਦਿਓ ਜਿਸ ਬਾਰੇ ਤੁਸੀਂ ਕੁਛ ਦਿਨ ਪਹਿਲਾਂ ਅਖਬਾਰ 'ਚ ਇਸ਼ਤਿਹਾਰ ਛਾਪਿਆ ਸੀ, ਅਤੇ ਛੇਕੜ ਤੁਹਾਨੂੰ ਮੇਰੀ ਹਾਲਤ 'ਤੇ ਦਿਆ ਆ ਗਈ, ਤੁਸੀਂ ਮੈਨੂੰ ਮੁਨੀਮ ਰੱਖ ਲਿਆ, ਅਤੇ ਫਿਰ ਯਾਦ ਜੇ ਤੁਸੀਂ ਮੇਰੇ ਜਿੰਮੇ ਕਿਹੜਾ ਕੰਮ ਲਾਇਆ ਸੀ?
ਨਕਲੀ ਵਹੀਆਂ ਖਾਤੇ ਕਰਨ ਤਿਆਰ ਕਰਨ ਦਾ, ਕਿਉਂਕਿ ਉਹਨੀ ਦੇ ਨਹੀਂ ਇਨਕਮ ਟੈਕਸ ਦਾ ਮਹਿਕਮਾ ਤੁਹਾਡੇ ਮਗਰ ਪਿਆ ਹੋਇਆ ਸੀ, ਜਿਹਦਾ ਦਾਅਵਾ ਸੀ ਕਿ ਤੁਸੀਂ ਕਈ ਲੱਖਾਂ ਰੁਪਏ ਇਨਕਮ ਟੈਕਸ ਦੀ ਚੋਰੀ ਕੀਤੀ ਹੈ। ਅਤੇ ਫਿਰ ਜਦ ਮੈਂ ਇਸ ਕੰਮ ਤੋਂ ਇਨਕਾਰ ਕਰ ਦਿੱਤਾ ਤਾਂ ਤੁਸੀਂ ਇੱਕਦਮ ਗੁੱਸੇ ਨਾਲ ਅੱਗ ਬਗੋਲਾ ਹੋ ਉੱਠੇ। ਤੁਸੀਂ ਮੈਨੂੰ ਬੇਇੱਜ਼ਤ ਕਰਕੇ ਆਪਣੇ ਦਫ਼ਤਰ 'ਚੋਂ ਬਾਹਰ ਕੱਢ ਦਿੱਤਾ। ਕੀ ਉਸ ਸੂਰਤ ਵਿੱਚ ਮੇਰੀ ਦਿਆਨਤਦਾਰੀ ਦਾ ਤਕਾਜ਼ਾ ਨਹੀਂ ਸੀ ਕਿ ਤੁਸਾਂ ਵਰਗੇ ਮਹਾਨ ਚੋਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤੁਹਾਡੀਆਂ ਕਰਤੂਤਾਂ ਦਾ ਭਾਂਡਾ ਭੰਦਾ? ਹੋਰ ਤਾਂ ਕਿਸੇ ਤਰੀਕੇ ਨਾਲ ਮੈਂ ਤੁਹਾਨੂੰ ਇੱਥੇ ਤੀਕ ਲਿਆ ਨਹੀਂ ਸੀ ਸਕਦਾ। ਛੇਕੜ ਮੈਂ ਸੋਚਿਆ ਇਹੋ ਢੰਗ ਠੀਕ ਰਹੇਗਾ ਅਦਾਲਤ ਵਿੱਚ ਲਿਆਉਣ ਦਾ, ਨਾਲੇ ਇੰਝ ਮੇਰੇ ਬਾਲ ਬੱਚੇ ਦਾ ਪੇਟ ਵੀ ਭਰੇਗਾ ਅਤੇ ਜਿਹੜਾ ਬਲੈਕਾਂ ਕਰਕੇ ਤੁਸੀਂ ਸਰਮਾਇਆ ਇਕੱਠਾ ਕੀਤਾ ਸੀ ਉਹਨੂੰ ਵੀ ਜ਼ਰਾ ਹਵਾ ਲੱਗੇਗੀ। ਬਿਲਕੁਲ ਝੂਠ, ਬਿਲਕੁਲ ਬਕਵਾਸ, ਸੇਠ ਹੋਰੀ ਕੁਰਸੀ ਤੋਂ ਉੱਛਲਦੇ ਹੋਏ ਚਿੱਲਾ ਉੱਠੇ। ਇਹ ਬਦਮਾਸ਼ ਹੈ, 2 ਕੌਡੀ ਦਾ ਆਦਮੀ ਮੇਰੀ ਹੱਤਕ ਕਰ ਰਿਹਾ। ਅਤੇ ਫਿਰ ਉਹਨੇ ਹਾਕਮ ਨੂੰ ਸੰਬੋਧਨ ਕੀਤਾ, ਜਨਾਬ ਇੱਕ ਸ਼ਰੀਫ ਆਦਮੀ ਦੀ ਹੱਤਕ ਕਰਨ ਵਾਲੇ ਨੂੰ ਕਾਨੂੰਨ ਵੱਲੋਂ ਚੋਰੀ ਤੋਂ ਵੱਖਰੀ ਹੋਰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਜਨਾਬ ਨੂੰ ਪਤਾ ਮੈਂ 1,500 ਇਨਕਮ ਟੈਕਸ ਭਰਦਾ, ਮੈਂ ਆਪਣੇ ਮੁਹੱਲੇ ਦਾ ਚੌਧਰੀ ਹਾਂ। ਹਾਕਮ ਨੇ ਇੱਕ ਸਖ਼ਤ ਘੂਰੀ ਵੱਟ ਕੇ ਮੁਲਜ਼ਮ ਵੱਲ ਤੱਕਿਆ। ਇਸ ਤਗਾਸੇ ਦੇ ਵਕੀਲ ਨਾਲੇ ਪ੍ਰੋਸਟੀਕਿਊਟਰ ਇੰਸਪੈਕਟਰ ਨੇ ਵੀ, ਪਰ ਮੁਲਜ਼ਮ ਉੱਤੇ ਇਸ ਦਾ ਕੁਛ ਵੀ ਅਸਰ ਨਹੀਂ ਸੀ। ਉਹ ਕਿਸੇ ਸ਼ੋਖੀ 'ਚ ਬੋਲਿਆ, 1,500 ਪਰ ਜਿੰਨਾ ਰੁਪਇਆ ਤੁਸੀਂ ਪਿਛਲੇ 3 ਸਾਲਾਂ 'ਚ ਬਲੈਕ 'ਚੋਂ ਕਮਾਇਆ ਉਸ ਲੇਖੇ ਤਾਂ ਤੁਹਾਨੂੰ 2,00,000 ਰੁਪਏ ਟੈਕਸ ਦੇਣਾ ਚਾਹੀਦਾ ਸੀ। ਖਾਮੋਸ਼, ਹਾਕਮ ਦੀ ਲਲਕਾਰ ਆਈ। ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ ਬਗੈਰ ਕਿਸੇ ਸਬੂਤ ਤੋਂ ਇੱਕ ਭਲੇ ਆਦਮੀ ਉੱਤੇ ਇਲਜ਼ਾਮ ਲਾਇਆ ਜਾਏ। ਤੈਨੂੰ 2 ਪੁਆਇੰਟ ਗੱਲ ਕਰਨੀ ਚਾਹੀਦੀ, ਉਹ ਵੀ ਜ਼ਰਾ ਦੇ ਜਵਾਬ 'ਚ। ਕਹਾਣੀ ਦੇ ਇਸ ਹਿੱਸੇ 'ਤੇ ਪਹੁੰਚ ਕੇ ਪ੍ਰਮੋਦ ਜੀ ਦੀਆਂ ਅੱਖਾਂ 'ਚ ਨੀਂਦਰ ਰੜਕਣ ਲੱਗ ਪਈ। 2-2.5 ਸਫ਼ੇ ਉਹਨਾਂ ਲਈ ਅਜੇ ਹੋਰ ਪੜ੍ਹਨੇ ਬਾਕੀ ਸੀ, ਪਰ ਨੀਂਦਰ ਦੇ ਗਲਬੇ ਨੇ ਉਹਨਾਂ ਨੂੰ ਇਸ ਵੇਲੇ ਕੁਝ ਸਿਥਲ ਜਿਹਾ ਕਰ ਦਿੱਤਾ। ਬਾਕੀ ਸਫ਼ੇ ਉਹਨਾਂ ਉੱਚੀ ਉੱਚੀ ਨਹੀਂ ਸਗੋਂ ਅੰਤਰਮੁੱਖ ਪੜ੍ਹੇ, ਅਤੇ ਉਹ ਵੀ ਸਰਸਰੀ ਤੌਰ 'ਤੇ। ਅਤੇ ਇੱਕ ਵਾਰੀ ਫਿਰ ਉਹਨਾਂ ਦਾ ਮਨ ਇਸ ਸਫਲ ਕਹਾਣੀ ਲਈ ਨਸ਼ਿਆ ਉੱਠਿਆ। ਕਹਾਣੀ ਪਹਿਲਾਂ ਹੀ ਉਹਨਾਂ ਦੇ ਅਨੁਮਾਨ ਤੋਂ ਵੱਧ ਕਾਮਯਾਬ ਲਿਖੀ ਗਈ ਸੀ, ਪਰ ਹੁਣ ਦੀ ਕੱਟ ਵੱਢ ਨੇ ਤਾਂ ਸੋਨੇ 'ਤੇ ਸੁਹਾਗਾ ਕੰਮ ਕੀਤਾ। ਇੱਕ ਵਾਰੀ ਫਿਰ ਉਹਨਾਂ ਦੇ ਅੰਦਰੋਂ ਆਵਾਜ਼ ਉੱਠੀ, ਬਸ ਹੁਣ ਪਹਿਲੇ ਦਰਜੇ ਦਾ ਇਨਾਮ ਮੇਰਾ ਹੈ ਅਤੇ 100% ਮੇਰਾ, ਕੋਈ ਮਾਈ ਦਾ ਲਾਲ ਇਹਦੇ ਟਾਕਰੇ 'ਚ ਟਿਕ ਨਹੀਂ ਸਕੇਗਾ। ਉਹਨਾਂ ਨੂੰ 1-2 ਵਾਸੀਆਂ ਆਈਆਂ, ਫਿਰ 1-2 ਆਕੜਾਂ। ਕੋਲ ਪਏ ਅਟੈਚੀ ਕੇਸ ਦਾ ਉਹਨਾਂ ਢੱਕਣ ਖੋਲ੍ਹਿਆ, ਸਾਰੇ ਵਰਕੇ ਤਹਿ ਕਰਕੇ ਉਸ ਵਿੱਚ ਟਿਕਾ ਦਿੱਤੇ। ਅਟੈਚੀ ਵਿਚਲੇ 1 ਨਿੱਗਰ ਡੱਬੇ ਨੂੰ ਉਹਨਾਂ ਜਾਂਚਿਆ, ਫਿਰ ਢੱਕਣ ਬੰਦ ਕਰਕੇ ਅਟੈਚੀ ਨੂੰ ਸਿਰ ਹੇਠ ਰੱਖ ਕੇ ਸੀਟ 'ਤੇ ਫੈਲ ਗਏ। ਲੰਮੇ ਪਿਆਂ ਪਿਆਂ ਥੋੜ੍ਹਾ ਚਿਰ ਉਹੀ ਇਨਾਮੀ ਕਹਾਣੀ ਦਾ ਪਲਾਟ ਉਹਨਾਂ ਦੇ ਦਿਮਾਗ 'ਚ ਘੁੰਮਦਾ ਰਿਹਾ, ਫਿਰ ਕੁਛ ਦੇਰ ਬਾਅਦ ਉੱਚੇ ਉੱਚੇ ਘੁਰਾੜੇ ਮਾਰਨ ਲੱਗ ਪਏ। ਅਤੇ ਜਦੋਂ ਉਹਨਾਂ ਦੀ ਜਾਗ ਖੁੱਲ੍ਹੀ, ਉਹਨਾਂ ਦੇ ਸਿਰ ਨੂੰ ਬੜੇ ਸਖ਼ਤ ਕਿਸਮ ਦੇ ਚੱਕਰ ਆ ਰਹੇ ਸੀ। ਵਕਤ ਦੇਖਣ ਲਈ ਜਦ ਰਿਸਟ ਵਾਚ ਤੱਕਣ ਲੱਗੇ ਤਾਂ ਗੁੱਟ ਖਾਲੀ ਹੈ ਘੜੀ, ਸੋਚਦਿਆਂ ਜਦ ਉਹਨਾਂ ਇੱਧਰ ਉੱਧਰ ਝਾਕਣਾ ਸ਼ੁਰੂ ਕੀਤਾ ਤਾਂ ਸਿਰ ਹੇਠਲਾ ਟੈਚੀ ਵੀ ਗਾਇਬ ਸੀ। ਅੱਬੜਵਾਏ ਉੱਠ ਕੇ ਡੱਬੇ ਚੱਕਰ ਕੱਟਣ ਲੱਗੇ, ਸਿਰ ਅਜੇ ਤੱਕ ਭੌਂ ਰਿਹਾ ਸੀ। ਇਸੇ ਹਾਲਤ ਵਿੱਚ ਉਹਨਾਂ ਦਾ ਹੱਥ ਜੰਜੀਰ ਤੀਕ ਜਾ ਪੁੱਜਾ, ਗੱਡੀ ਖੜ੍ਹੀ ਹੋ ਗਈ। ਖਲੋਣ ਤੋਂ ਥੋੜ੍ਹੀ ਦੇਰ ਬਾਅਦ ਗਾਰਡ ਅਤੇ ਹੋਰ ਕਈ ਮੁਸਾਫਰ ਆਮ ਮੌਜੂਦ ਹੋਏ। ਪ੍ਰਮੋਦ ਹੋਰਾਂ ਨੂੰ 1 ਰੰਗ ਆਉਂਦਾ 1 ਜਾਂਦਾ ਸੀ। ਉਹਨਾਂ ਨੇ ਮਾਜਰਾ ਗਾਰਡ ਨੂੰ ਦੱਸਿਆ, ਪੁਲਿਸ ਦਾ 1 ਸਿਪਾਹੀ ਵੀ ਮੌਜੂਦ ਸੀ। ਕੋਈ ਹੋਰ ਸਵਾਰੀ ਚੜ੍ਹੀ ਸੀ? ਗਾਰਡ ਨੇ ਪੁੱਛਿਆ। ਜੀ ਨਹੀਂ, ਪ੍ਰਮੋਦ ਹੋਰਾਂ ਜਵਾਬ ਦਿੱਤਾ, ਪਰ ਅੰਦਰੋਂ ਉਹਨਾਂ ਨੂੰ ਕੁਛ ਇਸ ਤਰ੍ਹਾਂ ਆਭਾਸ ਹੋਣ ਲੱਗਾ ਜਿਵੇਂ ਥੋੜ੍ਹੀ ਦੇਰ ਪਹਿਲਾਂ ਉਹਨਾਂ ਨੇ ਕਿਸੇ ਚਿੱਟ ਕੱਪੜੀਏ ਨੂੰ ਡੱਬੇ 'ਚ ਦਾਖਲ ਹੁੰਦਿਆਂ ਤੱਕਿਆ ਸੀ। ਉਸ ਵੇਲੇ ਸ਼ਾਇਦ ਵੱਧ ਨੀਂਦੇ ਦੀ ਹਾਲਤ 'ਚ ਸੀ। ਗਾਰਡ ਨੇ ਫਿਰ ਪੁੱਛਿਆ, ਚੰਗੀ ਤਰ੍ਹਾਂ ਯਾਦ ਕਰੋ, ਮਤੇ ਕੋਈ ਆਇਆ ਹੋਵੇ? ਜੀ ਜੀ, ਥਥਲਾਉਂਦੇ ਹੋਏ ਪ੍ਰਮੋਦ ਜੀ ਬੋਲੇ, ਸ਼ਾਇਦ ਇੱਕ ਮੁਸਾਫਰ ਚੜ੍ਹਿਆ ਤਾਂ ਸੀ, ਪਰ ਉਹ ਤਾਂ ਕੋਈ ਸ਼ਰੀਫ ਆਦਮੀ ਮਾਲੂਮ ਹੁੰਦਾ ਸੀ, ਚੋਰ ਨਹੀਂ ਸੀ ਜਾਪਦਾ।
ਮਹਾਰਾਜ ਕੋਲੋਂ ਸਿਪਾਹੀ ਬੋਲਿਆ, ਅੱਜ ਕੱਲ੍ਹ ਸ਼ਰੀਫ ਆਦਮੀ ਤਾਂ ਬਹੁਤੀਆਂ ਚੋਰੀਆਂ ਕਰਦੇ ਨੇ। ਇੱਛਰ ਨੂੰ ਇੱਕ ਮੁਸਾਫਰ ਬੋਲਿਆ, ਸ਼ਰੀਫ ਆਦਮੀ ਵਿਚਾਰੇ ਵੀ ਕੀ ਕਰਨ ਜੀ, ਸਰਕਾਰ ਜੋ ਪੜ੍ਹਾ ਪੜ੍ਹਾ ਕੇ ਬਾਬੂਆਂ ਦੇ ਢੇਰ ਲਾਈ ਜਾਂਦੀ ਹੈ, ਜਿਸ ਵਿਚਾਰੇ ਨੂੰ ਕੰਮ ਰੁਜ਼ਗਾਰ ਨਾ ਲੱਭੇ ਉਸ ਚੋਰੀਆਂ ਹੀ ਕਰਨੀਆਂ ਨੇ। ਮਾਲੂਮ ਹੁੰਦਾ ਗਾਰਡ ਨੇ ਕਿਹਾ, ਤੁਹਾਨੂੰ ਬੇਹੋਸ਼ ਕਰਕੇ ਚੋਰੀ ਕੀਤੀ ਗਈ ਹੈ, ਅਜੇ ਤੱਕ ਇੱਥੋਂ ਕਲੋਰੋਫਾਰਮ ਦੀ ਬੋ ਆ ਰਹੀ ਹੈ। ਮੇਰਾ ਵੀ ਇਹੋ ਖਿਆਲ ਹੈ, ਪ੍ਰਮੋਦ ਜੀ ਬੋਲੇ, ਅਜੇ ਤੱਕ ਮੇਰੇ ਸਿਰ ਨੂੰ ਚੱਕਰ ਆ ਰਹੇ ਨੇ। ਪਰ ਤੁਸੀਂ ਚਿਟਕਣੀ ਤਾਂ ਬੰਦ ਕਰ ਲੈਣੀ ਸੀ, ਗਾਰਡ ਨੇ ਗਿਲਾ ਕੀਤਾ। ਮੈਨੂੰ ਜੀ, ਮੈਂ ਇੱਕ ਕਹਾਣੀ ਪੜ੍ਹਦਾ ਪੜ੍ਹਦਾ ਸੌਂ ਗਿਆ, ਚਿਟਕਣੀ ਲਾਉਣ ਦਾ ਚੇਤਾ ਨਹੀਂ ਸੀ ਰਿਹਾ। ਅੱਛਾ, ਅਤੇ ਅਟੈਚੀ 'ਚ ਕੀ ਸਮਾਨ ਸੀ ਜੀ? ਉਸ ਵਿੱਚ ਇੱਕ ਕਹਾਣੀ ਦਾ ਖਰੜਾ ਸੀ ਜਿਹੜਾ ਮੈਂ ਇਨਾਮੀ ਮੁਕਾਬਲੇ ਲਈ ਲਿਖ ਕੇ ਲਿਜਾ ਰਿਹਾ ਸੀ। ਅੱਛਾ, ਹੋਰ? ਅਤੇ ਇਸ ਸਵਾਲ ਦੇ ਜਵਾਬ 'ਚ ਜਿਵੇਂ ਪ੍ਰਮੋਦ ਹੋਰਾਂ ਨੂੰ ਦੰਦਲ ਪੈ ਗਈ, ਬੋਲੇ, ਨਾਲੇ ਮੇਰੀ ਬਾਂਹ 'ਚ ਰਿਸਟ ਵਾਚ ਸੀ। ਰਿਸਟ ਵਾਚ ਤਾਂ ਬਾਂਹ ਨਾਲ ਸੀ ਨਾ, ਮੇਰੀ ਅਰਜ਼ ਅਟੈਚੀ 'ਚ ਹੋਰ ਕੀ ਕੁਝ ਸੀ? ਹੋਰ ਜੀ, ਹੋਰ ਤਾਂ ਕੋਈ ਐਸੀ ਚੀਜ਼ ਨਹੀਂ ਸੀ, ਥਥਲਾਉਂਦੀ ਆਵਾਜ਼ 'ਚ ਪ੍ਰਮੋਦ ਜੀ ਨੇ ਜਵਾਬ ਦਿੱਤਾ। ਚਲੋ ਭਲੇ ਬੱਚੇ, ਸਿਪਾਹੀ ਬੋਲਿਆ, ਜੇ ਉਹ ਬਿਸਤਰਾ ਅਤੇ ਨਾਲੇ ਸੂਟਕੇਸ ਚਲਾ ਜਾਂਦਾ ਤਾਂ ਕਿੰਨੀ ਬੁਰੀ ਗੱਲ ਸੀ। ਪਰ ਹੈਰਾਨੀ ਦੀ ਗੱਲ ਹੈ, ਗਾਰਡ ਬੋਲਿਆ, ਚੋਰ ਸਿਰਫ ਤੁਹਾਡੀ ਘੜੀ 'ਤੇ ਬਸ ਕਹਾਣੀ ਚੁਰਾਉਣ ਹੀ ਆਇਆ ਸੀ। ਪ੍ਰਮੋਦ ਜੀ ਨੂੰ ਕੋਈ ਜਵਾਬ ਨਾ ਉੜਿਆ। ਮਾਫ਼ ਕਰਨਾ ਸਾਹਿਬ, ਗਾਰਡ ਨੇ ਕੁਝ ਸ਼ਿਕਵੇ ਭਰੀ ਆਵਾਜ਼ 'ਚ ਕਿਹਾ, ਇੰਨੀ ਛੋਟੀ ਜਿਹੀ ਚੋਰੀ ਬਦਲੇ ਤੁਹਾਨੂੰ ਚੇਨ ਨਹੀਂ ਸੀ ਖਿੱਚਣੀ ਚਾਹੀਦੀ, ਮੇਲ ਟ੍ਰੇਨ ਦਾ ਥੋੜ੍ਹੇ ਚਿਰ ਲਈ ਰੁਕਣਾ ਵੀ ਬੜਾ ਨੁਕਸਾਨਦੇਹ ਹੁੰਦਾ ਹੈ। ਅੱਛਾ, ਅੰਬਾਲੇ ਚੱਲ ਕੇ ਤਫਤੀਸ਼ ਕੀਤੀ ਜਾਏਗੀ, ਕਹਿ ਕੇ ਗਾਰਡ ਉਤਰ ਗਿਆ, ਉਹਦੇ ਮਗਰ ਸਿਪਾਹੀ ਅਤੇ ਦੂਜੇ ਆਦਮੀ ਵੀ। ਪ੍ਰਮੋਦ ਜੀ ਜਿਵੇਂ ਮੁਹਾਣਾ ਬੇੜੀ ਰੋੜ ਕੇ ਆਪਣੀ ਸੀਟ 'ਤੇ ਆ ਢੱਠੇ, ਇਸ ਵੇਲੇ ਉਹਨਾਂ ਦੇ ਸਿਰ ਨੂੰ ਚੱਕਰ ਆ ਰਹੇ ਸਨ। ਇਹਨਾਂ ਚੱਕਰਾਂ 'ਚ ਕੇਵਲ ਦੋ ਹੀ ਚੀਜ਼ਾਂ ਭੌਂ ਰਹੀਆਂ ਸਨ, ਇਨਾਮੀ ਕਹਾਣੀ ਦਾ ਖਰੜਾ ਅਤੇ ਅਟੈਚੀ ਵਿਚਲਾ ਇੱਕ ਨਿੱਘਾ ਡੱਬਾ। ਗੱਡੀ 80 ਮੀਲ ਘੰਟੇ ਦੀ ਰਫ਼ਤਾਰ 'ਤੇ ਜਾ ਰਹੀ ਸੀ। ਧੰਨਵਾਦ।